ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ। ਥੋੜ੍ਹੀ ਦੇਰ ਪਹਿਲੇ ਇਸ ਮਾਈਕ ਦੇ ਉੱਤੇ ਸਾਡੇ PM ਸਾਹਿਬ ਨੇ ਬੜਾ ਪਿਆਰਾ ਇੱਕ ਮੈਸੇਜ ਦਿੱਤਾ, ਜਗਤ ਸੰਗਤ ਵਾਸਤੇ ਮੈਸੇਜ ਦਿੱਤਾ। ਮੈਂ ਇਹੀ ਕਹਾਂਗਾ ਕਿ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕ ਹੋਵੇ। ਪਹਿਲੇ ਤਾਂ 550th ਆਗਮਨ ਪੁਰਬ ਆਫ ਦਾ ਬਾਬਾ ਗੁਰੂ ਨਾਨਕ ਸਾਹਿਬ ਦੀ, ਔਰ ਉਸ ਤੋਂ ਬਾਅਦ ਫਿਰ ਤੁਹਾਨੂੰ ਕਰਤਾਰਪੁਰ ਸਾਹਿਬ ਪੂਰੀ ਹੋਰ ਤੁਹਾਡਾ ਲਾਂਘਾ ਹੈ, ਉਹਦੇ ਵਾਸਤੇ ਤੁਹਾਨੂੰ ਬਹੁਤ ਬਹੁਤ ਮੁਬਾਰਕ, ਕੋਟੀ ਕੋਟੀ। ਮੈਂ ਕਹਾਂਗਾ ਕਿ ਸਭ ਦੁਨੀਆ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਹੁੰਮ ਹੁਮਾ ਕੇ ਪਾਕਿਸਤਾਨ ਆ ਰਹੀਆਂ ਨੇ। ਕੱਲ੍ਹ ਮੈਂ ਬਹੁਤ ਕੰਟੀਨੈਂਟਲ ਹੋਟਲ ਲਾਹੌਰ ਦੇ ਵਿੱਚ ਦੇਖਿਆ ਅਤੇ ਕੋਈ ਰੂਮ ਨਹੀਂ ਸੀ। ਕਹਿ ਰਹੇ ਸਨ ਕਿ ਸਾਡੇ ਕੋਲ ਸਰਦਾਰ ਔਰ ਕੋਰਸ ਭੈਣਾਂ ਇੰਨੀਆਂ ਜ਼ਿਆਦਾ ਆਈਆਂ ਹੋਈਆਂ, ਸਾਡੇ ਹੋਟਲ ਵਿੱਚ ਰਹਿਣ ਨੂੰ ਜਗ੍ਹਾ ਨਹੀਂ ਹੈਗੀ। ਅਤੇ ਮੈਂ ਕਹਿੰਦਾ ਸੀ ਕਿ ਕਿਆ ਬਾਤ ਹੈ ਕਿ ਪਾਕਿਸਤਾਨ ਦੇ ਅੰਦਰ ਇੰਨੇ ਸਰਦਾਰ ਆਏ ਹੈ, ਇੰਨੀ ਪੂਰੀ ਦੁਨੀਆ ਤੋਂ ਜਗਤ ਸੰਗਤ ਆਈ ਹੈ ਕਿ ਅਸੀਂ ਆਪਾਂ ਸੋਚ ਵੀ ਨਹੀਂ ਸਕਦੇ ਇਸ ਚੀਜ਼ ਦੇ ਬਾਰੇ 'ਚ ਕਿ ਇੰਨੇ ਲੋਕ ਕਦੀ ਪਾਕਿਸਤਾਨ ਦੇ ਵਿੱਚ ਆਉਣਗੇ। ਔਰ ਆਪਾਂ ਰਲ ਕੇ ਇੱਕ ਵਾਰੀ ਫਿਰ ਬੈਠਾਂਗੇ, ਜਿਸ ਤਰ੍ਹਾਂ ਕਿ ਪ੍ਰੀ ਪਾਰਟੀਸ਼ਨ ਪੰਜਾਬ ਇੱਕ ਜੈਸਾ ਹੁੰਦਾ ਸੀ, ਅੱਜ ਇਸ ਪੰਡਾਲ ਦੇ ਵਿੱਚ ਇੱਦਾਂ ਲੱਗ ਰਿਹਾ ਸੀ ਕਿ ਜਿਵੇਂ ਉਹੀ ਕੋਈ ਇੱਦਾਂ ਦਾ ਪ੍ਰੋਗਰਾਮ ਜੋੜਿਆ ਗਿਆ ਹੋਵੇ ਜਿਹਦੇ ਵਿੱਚ ਪੰਜਾਬੀ ਇੱਕ ਦੂਜੇ ਨਾਲ ਦੁਬਾਰਾ ਜੁੜ ਗਏ ਹੋਣ। ਅਤੇ ਇਹ ਉਪਰਾਲਾ ਜਿਹੜਾ ਰੇਡੀਓ ਸਾਡਿਆਂ ਦਾ ਕੀਤਾ ਜਾ ਰਿਹਾ, ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ 87.8 FM ਔਕਲੈਂਡ ਨਿਊਜ਼ੀਲੈਂਡ ਤੋਂ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਔਰ ਉਮੀਦ ਕਰਦਾ ਹਾਂ ਗੁਰੂ ਪਿਆਰੀ ਸੰਗਤ ਜੀ, 80 ਅੱਜ ਜਿੰਨਾ ਪ੍ਰੋਗਰਾਮ ਤੁਹਾਨੂੰ ਦਿਖਾਇਆ ਤੁਸੀਂ ਉਹਦੇ ਵਿੱਚ ਖੁਸ਼ ਹੋਏ ਹੋਵੋਗੇ। ਹੁਣ ਬਹੁਤ ਹੀ ਜ਼ਿਆਦਾ ਸੰਗਤਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ। ਨਵਜੋਤ ਸਿੰਘ ਸਿੱਧੂ ਜੀ ਜਿਹੜੇ ਨੇ ਭੱਜੇ ਆ ਰਹੇ ਨੇ, ਲੋਕ ਉਹਨਾਂ ਦੇ ਦਰਸ਼ਨ ਕਰ ਰਹੇ ਨੇ ਔਰ ਉਹਨਾਂ ਨੂੰ ਮਿਲ ਰਹੇ ਨੇ। ਹਰ ਇੱਕ ਦੀ ਕੋਸ਼ਿਸ਼ ਹੈ ਕਿ ਭਾਈ ਨਵਜੋਤ ਸਿੰਘ ਸਿੱਧੂ ਜਿਹੜੇ ਹੈ ਉਹਨਾਂ ਦੇ ਨਾਲ ਗੱਲ ਕੀਤੀ ਜਾਵੇ, ਉਹਨਾਂ ਨਾਲ ਬੋਲਿਆ ਜਾਵੇ, ਬਾਤ ਕੀਤੀ ਜਾਵੇ। ਔਰ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਨਾਲ ਅਸੀਂ ਵੀ ਗੱਲ ਕਰੀਏ, ਲੇਕਿਨ ਅਗਰ ਨਵਜੋਤ ਜੀ ਸਾਡੇ ਨਾਲ ਬੋਲ ਪਾਏ ਜਾਂ ਗੱਲ ਕਰ ਪਾਏ ਤਾਂ ਫੇਰ ਹੀ ਹੈ। ਨਵਜੋਤ ਸਿੰਘ ਸਿੱਧੂ ਜੀ ਆ ਰਹੇ ਹੈ। ਬਾਬਾ ਜੀ ਵੱਡੀ ਸ੍ਰੀ ਸਾਹਿਬ ਜਿਹੜੀ ਲਾਈ ਗਈ ਹੈ ਇਸ ਜਗ੍ਹਾ ਦੇ ਉੱਤੇ, ਬਹੁਤ ਹੀ ਖੂਬਸੂਰਤ ਕਿਸਮ ਦੀ ਸ੍ਰੀ ਸਾਹਿਬ ਲਾਈ ਗਈ ਹੈ, ਔਰ ਉਸ ਤੋਂ ਬਾਅਦ ਵੈਲਕਮਿੰਗ ਜਿਹੜਾ ਹੈ ਬੈਨਰ ਹੈ ਉਹ ਹਵਾ ਦੇ ਚੁੜਾਇਆ ਗਿਆ ਗੁਰੂ ਖੰਡਾ ਬਣਾ ਕੇ, ਬਹੁਤ ਹੀ ਵਧੀਆ ਲੱਗ ਰਿਹਾ ਹੈ। ਔਰ ਮੇਰਾ ਖਿਆਲ ਹੈ ਕਿ ਪਾਕਿਸਤਾਨ ਦੀ ਤਵਾਰੀਖ ਦੇ ਵਿੱਚ ਮੈਂ ਕਦੀ ਵੀ ਇੱਦਾਂ ਦੀ ਕੋਈ ਚੀਜ਼ ਜਿਹੜੀ ਹੈ ਉਹ ਪਹਿਲੇ ਨਹੀਂ ਦੇਖੀ। ਸੋ ਓਪਨਿੰਗ ਦੇ ਉੱਤੇ ਵੱਡੀ ਸ੍ਰੀ ਸਾਹਿਬ ਲਾਉਣਾ ਇੱਥੇ, ਇਹ ਵੀ ਬਹੁਤ ਹੀ ਵਧੀਆ ਲੱਗ ਰਿਹਾ। ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਕਿ ਪਾਕਿਸਤਾਨ ਇੱਕ ਵਾਰੀ ਫਿਰ ਤੋਂ ਇੰਟਰਫੇਥ ਹਾਰਮਨੀ ਦੇ ਰਸਤੇ ਦੇ ਉੱਤੇ ਚੱਲ ਪਿਆ ਹੈ, ਔਰ ਪਾਕਿਸਤਾਨ ਇੱਕ ਵਾਰੀ ਫਿਰ ਇਨਸਾਨੀਅਤ ਦੇ ਰਾਹ ਦੇ ਵਿੱਚ ਚੱਲ ਪਿਆ ਹੈ, ਅਤੇ ਬਹੁਤ ਵਧੀਆ ਲੱਗ ਰਿਹਾ, ਬਹੁਤ ਹੀ ਅੱਛਾ ਲੱਗ ਰਿਹਾ। ਸਿੱਧੂ ਜੀ ਬੜੀ ਸਪੀਡ ਦੇ ਨਾਲ ਜਾ ਚੁੱਕੇ ਨੇ ਅਤੇ ਆਪਾਂ ਸਾਡੇ ਵੀਰ ਆਏ ਹੋਏ ਨੇ ਇੱਥੇ ਜੀ। ਬਿਲਕੁਲ ਜੀ, ਆ ਜਾਓ ਜੀ ਮਹਾਰਾਜ, ਮੈਂ ਲਾਈਵ ਹੀ ਹਾਂ, ਆ ਜਾਓ ਜੀ। ਬਿਲਕੁਲ ਜੀ ਭਾਜੀ, ਆਹ ਫੜੋ, ਤੁਹਾਡਾ ਹੀ ਪ੍ਰਬੰਧ ਹੈ। ਹਾਂਜੀ ਜੀ, ਸਾਡੇ ਨਾਲ ਖਲੋਤੇ ਹੋਏ ਨੇ ਭਾਈ ਕਸ਼ਮੀਰ ਸਿੰਘ ਜੀ, ਨਿਊਜ਼ੀਲੈਂਡ ਤੋਂ ਔਕਲੈਂਡ ਤੋਂ ਆਏ ਨੇ ਜੀ। ਪਤੇ ਬੁਲਾ ਦਿਓ ਜੀ ਪਹਿਲੇ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਪਾਕਿਸਤਾਨ ਦੀ ਨੂੰ ਅਤੇ ਦੁਨੀਆ 'ਚ ਨਾਮ ਲੇਵਾ ਭਾਜੀ ਗੁਰੂ ਨਾਨਕ ਦੇਵ। ਬਿਲਕੁਲ, ਬੋਲੋ ਜੀ, ਦੱਸੋ ਖੁਸ਼ੀ ਦੇ ਬਾਰੇ 'ਚ ਆਪਣੀ। ਨਿਊਜ਼ੀਲੈਂਡ ਦੀ ਸਾਰੀ ਸੰਗਤ ਵੱਲੋਂ ਜੀ, ਪਾਕਿਸਤਾਨ ਦੇ ਇਮਰਾਨ ਖਾਨ ਸਾਹਿਬ ਦੀ, ਵਜ਼ੀਰ ਆਜ਼ਮ ਦੀ, ਲੈ ਦਿਲੋ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ 72 ਸਾਲ ਬਾਅਦ ਕੋਰੀਡੋਰ ਖੋਲਿਆ, ਉਹ ਵੀ 9 or 10 ਮਹੀਨਿਆਂ ਦੇ ਵਿੱਚ, ਔਰ ਇੱਕ ਆਲੀਸ਼ਾਨ ਸਿੱਖ ਕੌਮ ਵਾਸਤੇ ਇਤਿਹਾਸ ਕਾਇਮ ਕੀਤਾ ਹੈ। ਮੈਂ ਨਿਊਜ਼ੀਲੈਂਡ ਦੀ ਸਮੂਹ ਸੰਗਤ ਵੱਲੋਂ ਅਤੇ ਟੋਰਾਂਗਾ ਦੀ ਸਿੱਖ ਸੰਗਤ ਵੱਲੋਂ ਸਾਰੀ ਪਾਕਿਸਤਾਨ ਦੀ ਔਕਲੈਂਡ ਤੋਂ ਇਹਨਾਂ ਨੂੰ ਮਿਲਾਉਣਾ, ਨਿਊਜ਼ੀਲੈਂਡ ਤੁਸੀਂ ਜਾਣਾ, ਇਹਨਾਂ ਨੂੰ ਮੈਂ ਲੱਖ ਲੱਖ ਵਧਾਈ। ਵੀਰ ਜੀ ਸਾਰੇ ਗੱਲ ਕਰੋ ਔਰ ਆਪਣੇ ਆਪਣੇ ਵਿਚਾਰ ਸਾਂਝੇ ਕਰੋ ਗੁਰੂ ਘਰ ਦੇ ਬਾਰੇ 'ਚ, ਲਾਂਘਾ ਖੁੱਲਣ ਦਾ। ਸਮੂਹ ਨਾਨਕ ਨਾਮ ਲੇਵਾ, ਸਿੱਖ ਸੰਗਤ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਬਣਦੀ ਹੈ, ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ 'ਤੇ ਲੱਖ ਲੱਖ ਵਧਾਈਆਂ ਜੀ, ਬਹੁਤ ਬਹੁਤ ਮੁਬਾਰਕਾਂ। ਅਤੇ ਦੂਜੇ ਨੰਬਰ 'ਤੇ ਜੀ, ਪਾਕਿਸਤਾਨ ਸਰਕਾਰ, ਇਮਰਾਨ ਖਾਨ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ, ਇਹਨਾਂ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੇ ਛੋਟੇ ਜਿਹੇ ਸਮੇਂ ਦੇ ਵਿੱਚ ਐਡਾ ਵੱਡਾ ਕਾਰਜ ਜਿਹੜਾ ਸਫਲ ਕੀਤਾ। ਸਾਡੇ ਕੋਲ ਅਲਫਾਜ਼ ਨਹੀਂ ਹੈ ਜਿਹੜੇ ਅਸੀਂ ਉਹਨਾਂ ਦਾ ਧੰਨਵਾਦ ਕਰ ਸਕੀਏ ਅਤੇ ਐਕਸਪਲੇਨ ਕਰ ਸਕੀਏ ਕਿ ਅਸੀਂ ਕੀ ਦੇਖਿਆ। ਬਹੁਤ ਵੱਡਾ ਕਾਰਜ ਸੀ ਜਿਹੜਾ ਇਹਨਾਂ ਨੇ 10 ਮਹੀਨਿਆਂ ਦੇ ਵਿੱਚ, 11 ਮਹੀਨਿਆਂ ਦੇ ਵਿੱਚ ਫਤਿਹ ਕੀਤਾ ਜੀ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਠੀਕ ਹੈ ਜੀ। ਆਪਣੀ ਆਕਲੈਂਡ ਨਿਊਜ਼ੀਲੈਂਡ ਤੋਂ ਆਈ ਹੋਈ ਟੀਮ ਜਿਹੜੀ ਹੈ, ਨਾਲ ਭਾਈ ਸਾਹਿਬ ਆਏ ਹੋਏ ਨੇ, ਕਸ਼ਮੀਰ ਸਿੰਘ ਆਏ ਹੋਏ ਨੇ। ਓਕੇ, ਸੁਪਰੀਮ ਸਿੱਖ ਸੁਸਾਇਟੀ ਜੀ, ਮੈਂ ਇਹਨਾਂ ਦੇ ਕੀਤੇ ਹੋਏ ਪ੍ਰਬੰਧ ਤੋਂ ਮੈਂ ਮੈਲਬਰਨ ਵੀ ਗਿਆ ਸੀਗਾ ਜੀ, ਸਿੱਖ ਸੁਪਰੀਮ ਸੁਸਾਇਟੀ ਜਿਹੜੀ ਹੈ ਆਪਣਾ। ਔਰ ਆਪਾਂ ਕੁਛ ਸ਼ੀਲਡਾਂ ਪ੍ਰਾਪਤ ਕੀਤੀਆਂ ਸੀ, ਕੁਛ ਯਾਦ ਹੋਵੇ ਤੁਹਾਨੂੰ, ਕੋਈ 6 ਮਹੀਨੇ ਪਹਿਲੇ, ਅਤੇ ਇਹ ਉਹੀ ਸੁਸਾਇਟੀ ਦੇ ਹੈੱਡ ਨੇ ਜਿਨ੍ਹਾਂ ਵੱਲੋਂ ਅਸੀਂ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਤਵਾਰੀਖਦਾਨ ਨੇ ਜਾਂ ਜੋ ਸਿੱਖ ਹਿਸਟਰੀ 'ਤੇ ਕੰਮ ਕਰ ਰਹੇ ਨੇ ਜਾਂ ਜਿਨ੍ਹਾਂ ਦੀ ਦੇਣ ਹੈ ਗੁਰਸਿੱਖੀ ਵਾਸਤੇ, ਉਹਨਾਂ ਲੋਕਾਂ ਨੂੰ ਅਸੀਂ ਮਾਨ ਸਨਮਾਨ ਦਿੱਤਾ ਸੀ 550 ਈਅਰਸ ਆਗਮਨ ਪੁਰਬ ਆਫ ਬਾਬਾ ਗੁਰੂ ਨਾਨਕ ਸਾਹਿਬ ਦੇ ਉੱਤੇ। ਤਾਂ ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਸਾਡੀ ਟੀਮ ਨੂੰ ਔਰ ਉਹਨਾਂ ਲੋਕਾਂ ਨੂੰ, ਚਾਹੇ ਉਹ ਸਰਕਾਰੀ ਸਨ ਜਾਂ ਗੈਰ ਸਰਕਾਰੀ ਲੋਕ ਸਨ, ਅਸੀਂ ਉਹਨਾਂ ਨੂੰ ਹਾਈਲਾਈਟ ਕੀਤਾ, ਦੁਨੀਆ ਦੇ ਸਾਹਮਣੇ ਲੈ ਕੇ ਆਇਆ ਕਿ ਕੌਣ ਬੰਦਾ ਕੀ ਕੰਮ ਕਰ ਰਿਹਾ। ਤਾਂ ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਆਪਣੇ ਸਾਡੇ ਨਾਲ ਆਈਆਂ ਹੋਈਆਂ ਸੰਗਤਾਂ ਆਸਟ੍ਰੇਲੀਆ ਤੋਂ ਵੀ ਮੌਜੂਦ ਨੇ, ਜਿਸ ਤਰ੍ਹਾਂ ਕਿ ਆਕਲੈਂਡ ਤੋਂ ਆਪਣੀਆਂ ਟੀਮਾਂ ਆਈਆਂ ਹੋਈਆਂ ਨੇ। ਉਸੇ ਤਰ੍ਹਾਂ ਸਾਡੇ ਨਾਲ ਜਿਹੜੇ ਨੇ ਵੀਰ ਜੀ, ਜਿਹੜੇ ਨੇ ਸਾਡੇ ਪਿਆਰ ਕਰਨ ਵਾਲੇ, ਡੇ 1 ਤੋਂ ਮੈਨੂੰ ਦੇਖਦੇ ਨੇ ਪ੍ਰੋਗਰਾਮਾਂ ਦੇ ਵਿੱਚ, ਆਪਾਂ ਉਹਨਾਂ ਨਾਲ ਮਿਲੀ ਗੱਲ ਕਰਦੇ ਹਾਂ। ਅਤੇ ਮੈਲਬਰਨ ਤੋਂ ਵੀ ਭਾਈ ਸਾਹਿਬ ਆਏ ਨੇ, ਔਰ ਦੂਸਰੇ ਭਾਈ ਸਾਹਿਬ ਨਹੀਂ, ਉਹ ਦੂਸਰੇ ਜਿਹੜੇ ਉਹਨਾਂ ਨੇ ਭੇਜਿਆ ਸੀਗਾ ਕੋਈ। ਅੱਛਾ, ਉਹ ਸਾਡੇ ਹੈ। ਚਲੋ ਉਹ ਤੁਸੀਂ ਦੱਸ ਦੇਣਾ ਜੀ। ਠੀਕ ਹੈ ਜੀ, ਆਪਾਂ ਗੱਲ ਕਰਦੇ ਹਾਂ ਪਹਿਲੇ ਭਾਈ ਸਾਹਿਬ ਨਾਲ। ਮੈਨੂੰ ਬੜੀ ਬੇਚੈਨੀ ਹੋ ਰਹੀ ਹੈ, ਮੈਂ ਇਹਨਾਂ ਦੇ ਵਿਚਾਰ ਜਿਹੜੇ ਨੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਆਪ ਸਾਰੀ ਸੰਗਤਾਂ ਨੂੰ ਗੁਰੂ ਸਾਹਿਬ ਦੇ ਬੜੇ ਦੀਆਂ ਬਹੁਤ ਬਹੁਤ ਵਧਾਈਆਂ, ਅਤੇ ਪਾਕਿਸਤਾਨ ਸਰਕਾਰ ਦੀ ਬਹੁਤ ਬਹੁਤ ਸਾਰਾ ਯੋਗ ਹੈਗੇ ਜਿਹੜੇ ਜਿਨ੍ਹਾਂ ਨੇ ਇਹ ਰਾਹਦਾਰੀ ਖੁੱਲ੍ਹੀ ਹੈਗੀ ਹੈ। ਸਾਰੀ ਸਿੱਖ ਕੌਮ ਉਹਨਾਂ ਦੀ ਬਹੁਤ ਰਿਣੀ ਹੈ। ਬਿਲਕੁਲ ਜੀ, ਕੀ ਕਹਿਣਾ ਚਾਹੋਗੇ ਇੰਨੀ ਦੇਰ ਬਾਅਦ ਜਦੋਂ ਤੁਹਾਨੂੰ ਲਾਂਘਾ ਇਹ ਖੁੱਲ੍ਹ ਰਿਹਾ, ਔਰ ਖੁੱਲ੍ਹੇ ਦਰਸ਼ਨ ਔਰ ਦੀਦਾਰ ਜਿਹਦੇ 12 ਕਰੋੜ ਨਾਨਕ ਨਾਮ ਲੇਵਾ ਗੱਲਾਂ ਬਾਤਾਂ ਕਰ ਰਹੇ ਨੇ ਜਿਹਦੇ ਮੁਤਲਕ। ਸਾਡੇ ਕੋਲ ਇਸ ਚੀਜ਼ ਦੇ ਕੋਈ ਵਰਡ ਨਹੀਂ ਹੈਗਾ, ਜਿੰਨਾ ਪਿਆਰ ਅਤੇ ਜਿੰਨਾ ਕੁਛ ਸਾਨੂੰ ਇਹਨੇ ਇਸ ਸਰਕਾਰ ਨੇ ਸਾਨੂੰ ਦਿੱਤਾ ਹੈਗਾ, ਅਸੀਂ ਬਹੁਤ ਅਹਿਸਾਨਮੰਦ ਹੈਗੇ ਹਾਂ। ਸਾਡੇ ਪਿਓ ਦਾਦੇ ਇੱਥੇ ਜੰਮੇ ਪੱਲੇ, ਅਤੇ ਅਸੀਂ ਬੜੇ ਖੁਸ਼ਨਸੀਬ ਹੈਗੇ ਹਾਂ ਜਿਨ੍ਹਾਂ ਨੂੰ ਇਸ ਧਰਤੀ ਦੇ ਦਰਸ਼ਨ ਕਰਨ ਨੂੰ ਮਿਲੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਸਿੱਖ ਸੰਗਤ ਨੂੰ, ਜਗ ਸਿੱਖ ਸੰਗਤ ਨੂੰ, ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ, ਸਾਡੇ 500 ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਅਸੀਂ ਅੱਜ ਇਹ ਪਵਿੱਤਰ ਪਾਵਨ ਧਰਤੀ ਕਰਤਾਰਪੁਰ ਸਾਹਿਬ 'ਚ ਖੜ੍ਹੇ ਹਾਂ, ਜਿੱਥੇ ਸਾਡੇ ਬਾਬਾ ਜੀ ਨੇ ਨਾਮ ਜਪੋ ਵੰਡ ਛਕੋ ਅਤੇ ਕਿਰਤ ਕਰੋ ਦਾ ਨਾਮ ਜਗ ਸੰਗਤ ਨੂੰ ਬਖਸ਼ਿਆ। ਅਸੀਂ ਬਹੁਤ 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 ਹੀ ਦੇਣਾ ਨਹੀਂ ਦੇ ਸਕਦੇ ਅਸੀਂ ਪਾਕਿਸਤਾਨ ਸੰਗਤ ਦਾ, ਜਿਨ੍ਹਾਂ ਨੇ ਸਿੱਖ ਕੌਮ ਲਈ 70-75 ਸਾਲਾਂ ਬਾਅਦ ਸਿੱਖ ਕੌਮ ਲਈ ਐਡਾ ਵੱਡਾ ਉਪਰਾਲਾ ਕੀਤਾ। ਅਸੀਂ ਬਹੁਤ ਥੈਂਕਫੁੱਲ ਹਾਂ ਆਪਣਾ ਪਾਕਿਸਤਾਨ ਗਵਰਨਮੈਂਟ ਦਾ, ਇਮਰਾਨ ਖਾਨ ਜੀ ਦਾ, ਅਤੇ ਆਪਣਾ ਸਾਡੇ ਸਿੱਧੂ ਸਾਹਿਬ ਦਾ, ਅਤੇ ਸਾਡੇ ਜਿਹੜੇ ਜਥੇਦਾਰ ਨੇ ਭਾਈ ਹੈਪੀ ਸਿੰਘ ਅਤੇ ਭਾਈ ਰਮਨ ਸਿੰਘ ਜੋ ਸਾਨੂੰ ਆਸਟ੍ਰੇਲੀਆ ਤੋਂ ਇੱਥੇ ਲੈ ਕੇ ਆਏ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਨਿਸ਼ਾਨ ਖਾਨ ਦਾ ਬਹੁਤ ਬਹੁਤ ਸ਼ੁਕਰੀਆ ਜੀ। ਵਗਰਾ ਤਾਂ ਮੇਰੇ ਸਾਥ ਹੋ ਸਾਹਿਬ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ, ਤੁਹਾਡੇ ਨਾਲ ਮੈਂ ਕਰਨੀ ਗੱਲ, ਕੋਈ ਗੱਲ ਨਹੀਂ ਹੈ, ਫਿਰ ਕੀ ਹੈ, ਬਾਬਾ ਗੁਰੂ ਨਾਨਕ ਸਾਹਿਬ ਲਈ ਬੋਲਣਾ ਵਾ, ਉਹ ਤਾਂ ਸ਼ਬਦ ਆਪੇ ਨਿਕਲ ਆਉਣੇ ਆ। ਪਰਸਨੈਲਿਟੀ ਹੈ ਨਾ, ਦੇਖ ਕੇ ਪਤਾ ਚਲਦਾ ਹੈ, ਇੱਕ ਮੈਸੇਜ ਆ ਤਾਂ ਦੁਨੀਆ ਨੂੰ। ਠੀਕ ਹੈ ਜੀ, ਕੋਈ ਗੱਲ ਨਹੀਂ, ਉਹ ਵੈਸੇ ਹੀ ਥੱਲੇ ਕਰ ਰਿਹਾ। ਚਲੋ ਇੱਧਰ ਆ ਜਾਓ, ਬਲੂਨਸ ਨੇ ਉਹਨਾਂ ਨੇ ਕੀ ਕਰਨਾ ਸਾਡੇ ਵਾਲਾ ਜੀ। ਹਾਂ ਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਸਟ੍ਰੇਲੀਆ ਤੋਂ ਸਾਰੀ ਸੰਗਤ ਇੱਕ ਜਥੇ ਦੇ ਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾਂ ਬਰਥਡੇ ਦਿਵਸ ਅਸੀਂ ਮਨਾਉਣ ਵਾਸਤੇ ਕਰਤਾਰਪੁਰ ਸਾਹਿਬ ਆਏ ਹਾਂ। ਇੱਥੋਂ ਦੀ ਦੁਬਾਰਾ ਫਿਰ ਇੱਥੇ ਰੱਖੀ ਸੀ, ਹਾਂਜੀ ਬਸ ਲਾਗੇ ਇੱਦਾਂ ਰੱਖੋ, ਲਾਗੇ ਨਹੀਂ ਨਹੀਂ ਠੀਕ ਹੈ, ਕੰਟੀਨਿਊ ਕਰੋਗੇ। 550 ਸਾਲਾਂ ਦੁਰਪਰਵਾ
ਮਨਾਉਣ ਵਾਸਤੇ ਸੰਗਤ ਆਸਟ੍ਰੇਲੀਆ ਤੋਂ ਇੱਥੇ ਆਈਆਂ। ਇੱਥੋਂ ਦਾ ਪ੍ਰਬੰਧ ਦੇਖ ਕੇ, ਇੱਥੋਂ ਦੀ ਗੌਰਮੈਂਟ ਨੇ ਜੋ ਪ੍ਰਬੰਧ ਕੀਤੇ ਨੇ, ਸਾਡਾ ਮਨ ਬੜਾ ਖੁਸ਼ ਹੋਇਆ ਦੇਖ ਕੇ। ਇੰਨਾ ਵੱਡਾ ਅਮੇਜ਼ਿੰਗ, ਜਿਹੜਾ ਅਸੀਂ ਸੋਚ ਵੀ ਨਹੀਂ ਸਕਦੇ, ਇੰਨਾ ਇੱਥੇ ਵਰਕ ਕੀਤਾ, ਐਡਾ ਵੱਡਾ ਕੰਪਲੈਕਸ ਤਿਆਰ ਕੀਤਾ, ਜਿਹੜਾ ਬੜੇ ਘੱਟ ਸਮੇਂ ਦੇ ਵਿੱਚ ਤਿਆਰ ਕੀਤਾ। ਇਹ ਇੱਕ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ, ਕ੍ਰਿਸ਼ਮੇ ਤੋਂ ਇਹ ਘੱਟ ਚੀਜ਼ ਨਹੀਂ ਹੈ, ਜਿਹੜਾ ਐਡਾ ਵੱਡਾ, ਮਤਲਬ ਕਿ ਅਸੀਂ ਦੇਖ ਕੇ ਹੈਰਾਨ ਹੈ। ਕਿੱਧਰੇ ਲੰਗਰ ਖਾਨੇ ਵੱਡੇ ਵੱਡੇ, ਰਹਿਣ ਲਈ ਵਧੀਆ, ਇਹ ਫਸਟ ਕਲਾਸ, ਮਤਲਬ ਕਿ ਰਹਿਣ ਲਈ ਸਹੂਲਤਾਂ, ਟੋਇਲੈਟ ਸਭ ਕੁਛ ਬਹੁਤ ਹੀ ਵਧੀਆ। ਔਰ ਐਡਾ ਵੱਡਾ ਗਰਾਊਂਡ ਮਹਾਰਾਜ ਦੀ ਕਿਰਪਾ ਦੇ ਸਦਕਾ ਇਹ ਬਣਿਆ, ਐਡਾ ਸੋਹਣਾ ਬਣਿਆ, ਦੇਖ ਕੇ ਮਨ ਖੁਸ਼ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਸਾਹਿਬ ਜੀ, ਮੈਂ ਕਿ ਬੜੀ ਖੁਸ਼ੀ ਤੇਰੀ ਵੀਡੀਓ ਬਹੁਤ ਹੀ ਦੇਖੀ ਜੀ। ਚਲੋ ਕਰੋ ਗੱਲ ਤਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਅਸੀਂ ਪਾਕਿਸਤਾਨ ਗੌਰਮੈਂਟ ਨੂੰ ਅਤੇ ਇੱਥੇ ਦੇ ਸੇਵਾਦਾਰਾਂ ਨੂੰ ਲੱਖ ਲੱਖ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਗਿਫਟ ਬਖਸ਼ਿਆ। ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਚੜ੍ਹਦੀ ਕਲਾ ਵਿੱਚ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਆਸਟ੍ਰੇਲੀਆ ਤੋਂ ਔਕਲੈਂਡ ਤੋਂ ਆਈਆਂ ਹੋਈਆਂ ਸੰਗਤਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਅਸੀਂ, ਔਰ ਉਹਨਾਂ ਦੀਆਂ ਖੁਸ਼ੀਆਂ ਜਿਹੜੀਆਂ ਸੀ ਉਹਦੇ ਮੁਤਲਕ ਤੁਹਾਨੂੰ ਦੱਸ ਰਹੇ ਸੀ ਕਿ ਉਹ ਕਿੰਨੇ ਖੁਸ਼ ਨੇ ਪਾਕਿਸਤਾਨ ਦੇ ਵਿੱਚ ਆ ਕੇ, ਔਰ ਪਾਕਿਸਤਾਨ ਸਰਕਾਰ ਨੇ ਜੋ ਇਹਨਾਂ ਨੂੰ ਮਾਣ ਦਿੱਤਾ, ਜੋ ਇਹਨਾਂ ਨੂੰ ਇੱਜ਼ਤ ਦਿੱਤੀ, ਉਹਨੂੰ ਆਪਾਂ ਉਹਦੀ ਗੱਲ ਕਰ ਰਹੇ ਸੀ ਕਿ ਸਮੂਹ ਸੰਗਤ ਨੂੰ ਇੱਕ ਵਾਰੀ ਫਿਰ, ਜਗਤ ਸੰਗਤ ਨੂੰ ਬਾਬਾ ਗੁਰੂ ਨਾਨਕ ਸਾਹਿਬ ਦੇ 550 ਸਾਲਾ ਆਗਮਨ ਪੁਰਬ ਦੀਆਂ ਲੱਖੋ ਲੱਖ ਵਧਾਈਆਂ ਵਧਾਈਆਂ ਵਧਾਈਆਂ। ਫਿਰ ਹਾਜ਼ਰ ਹੋਵਾਂਗੇ ਤੁਹਾਡੇ ਕੋਲ, ਕਿਸੇ ਹੋਰ ਭਾਈ ਸਾਹਿਬ ਨਾਲ ਗੱਲ ਕਰਾਂਗੇ, ਕਿਸੇ ਭੈਣ ਨਾਲ ਗੱਲ ਕਰਾਂਗੇ, ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ। ਉਨੀ ਦੇਰ ਤੱਕ ਮੈਨੂੰ ਦਿਓ ਇਜਾਜ਼ਤ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਔਕਲੈਂਡ ਨਿਊਜ਼ੀਲੈਂਡ ਤੋਂ। ਰੱਬ ਰੱਖਾ ਜੀ।